हरजस टीवी देख रहे दर्शकों का मैं हरविंदर सिंह तुहाडा स्वागत करदा हां। अज दे मौजूदा हालात समय दे विच पंजाब दे जो हालात चल रहे ने आपां उहनां बारे विचार चर्चा करांगे मेरे साथी करमजीत सिंह जी नाल। धन्यवाद करमजीत जी। बड़ा एकदम ही पंजाब दी जिहड़ी सियासत हैगी है और जो सिख सियासत हैगी है उहदा माहौल एकदम ही या कुछ ही घंटियां दे विच इक दो घंटियां दे विच काफी जिहड़ा हैगा उह गर्मी दे विच आ गया जी। बहुत सोचने वाली गल है कि अकाल तख्त साहब के जथेदार ने कल परसों ही शायद अपनी जो उत्थे हुई सी बयान दिता सीगा 27 तरीक नूं हां जी हुई सी, उहदे विच उहनां ने कहा सीगा कि सरकार स्पष्ट करके अमृतपाल उहनां दे कोल आ, जे नहीं हैगा तां अमृतपाल आत्म समर्पण करे जी। ते उस तों बाद भगवंत मान साहब ते अकाल तख्त दे जथेदार साहब दे नाल ट्विटर वॉर भी हुई ते उह ट्विटर वॉर चलदी चलदी ते एकदम इक न्यूज़ होई कि अमृतपाल सिंह जी लाइव आ गए ने जी जी। ਤੇ ਉੱਥੇ ਆ ਕੇ ਉਹਨੇ ਕੁਛ ਗੱਲਾਂ ਕਹੀਆਂ ਨੇ ਤੇ ਸਾਰਿਆਂ ਦਾ ਪੂਰੀ ਭਾਰਤ ਦਾ ਪੂਰੀ ਦੁਨੀਆਂ ਦਾ ਜਿੱਥੇ ਸਿੱਖ ਵੱਸਦੇ ਨੇ ਜੋ ਪੰਜਾਬ ਨੂੰ ਪਿਆਰ ਕਰਦੇ ਨੇ ਸਾਰਿਆਂ ਦਾ ਧਿਆਨ ਉਸ ਨਿਊਜ਼ ਵੱਲ ਆਕਰਸ਼ਿਤ ਹੋਇਆ ਤੇ ਸੋਚਣ ਵਾਲੀ ਗੱਲ ਹੈ ਕਿ ਇਹ ਜੋ ਵੀ ਹੋਇਆ ਤੇ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੈਸੇ ਆਉਣਾ ਵੀ ਚਾਹੀਦਾ ਸੀ ਕਿਉਂਕਿ ਬਹੁਤ ਸਾਰੇ ਡਾਊਟ ਸੀਗੇ ਜੀ ਜੀ ਤੇ ਬਹੁਤ ਸਾਰੇ ਡਾਊਟ ਉਹਨਾਂ ਨੇ ਆ ਕੇ ਕਲੀਅਰ ਵੀ ਕੀਤੇ ਆ ਤੇ ਆਉਣ ਵਾਲੇ ਜੋ ਸੰਦੇਸ਼ ਦਿੱਤਾ ਉਹਨਾਂ ਨੇ ਮੈਨੂੰ ਲੱਗਦਾ ਕਿ ਪੰਜਾਬ ਦੇ ਹਾਲਾਤ ਥੋੜੇ ਜਿਹੇ ਬਦਲਣਗੇ ਜੀ। ਤੇ ਬਾਕੀ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਲਾਈਵ ਆ ਕੇ ਬੋਲੇ ਨੇ ਜੀ ਜੀ, ਉਹਨਾਂ ਦਾ ਸਿਆਸੀ ਗਲਿਆਰੇ ਉੱਤੇ ਕੀ ਅਸਰ ਹੋਊਗਾ? ਦੇਖੋ ਕਰਮਜੀਤ ਜੀ, ਸਿਆਸੀ ਗਲਿਆਰਾ ਇਸ ਟਾਈਮ ਦੇ ਉੱਤੇ ਪੂਰਾ ਜਿਹੜਾ ਹੈਗਾ ਉਬਾਲ ਦੇ ਵਿੱਚ ਆ ਰਿਹਾ ਤੇ ਜਥੇਦਾਰ ਸਾਹਿਬ ਨੇ ਵੀ 27 ਤਰੀਕ ਨੂੰ ਜਿਹੜੇ ਪੰਥਕ ਜਥੇਬੰਦੀਆਂ ਦੀ ਜਿਹੜੀਆਂ ਸਿੱਖ ਸੰਪਰਦਾ ਵਾ ਤੇ ਹੋਰ ਜਿਹੜੇ ਸਿੱਖ ਵਿਦਵਾਨ ਹੈ ਕਿ ਜਿਹੜੀ ਉਹਨਾਂ ਦੀ ਇਕੱਤਰਤਾ ਸੱਦੀ ਸੀਗੀ ਉਸ ਦੇ ਵਿੱਚ ਵੀ ਜਥੇਦਾਰ ਸਾਹਿਬ ਵੱਲੋਂ ਕਾਫੀ ਤਿੱਖੇ ਫੈਸਲੇ ਲੈ ਗਏ ਸੀ ਔਰ ਅੱਜ ਸ਼ਾਇਦ ਉਹਨਾਂ ਦਾ ਲਾਸਟ ਦਿਨ ਸੀਗਾ। ਇੱਕ ਉਹਨਾਂ ਨੇ ਅਲਟੀਮੇਟਮ ਸਰਕਾਰ ਨੂੰ ਬੜਾ ਤਿੱਖਾ ਦਿੱਤਾ ਹੋਇਆ ਸੀਗਾ ਵੀ 24 ਘੰਟੇ ਦੇ ਵਿੱਚ ਜਿਹੜੇ ਬੇਕਸੂਰ ਨੌਜਵਾਨ ਜਿਹੜੇ ਨੇ ਉਹ ਛੱਡੇ ਫੜੇ ਗਏ ਨੇ, ਉਹਨਾਂ ਨੂੰ ਜਿਹੜਾ ਹੈਗਾ ਉਹ ਛੱਡਿਆ ਜਾਵੇ। ਸ਼ਾਇਦ ਉਹਦੇ ਪ੍ਰਤੀਕਰਮ ਦੇ ਵਜੋਂ ਸਰਕਾਰ ਨੇ ਵੀ ਬਿਆਨ ਦਿੱਤਾ ਕਿ ਸ਼ਾਇਦ ਅਸੀਂ 197 ਔਰ 200 ਦੇ ਲਗਭਗ ਜਿਹੜੇ ਹੈਗੇ ਅਸੀਂ ਛੱਡ ਦਿੱਤੇ 57 ਦੇ ਕੇਸ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋਈ ਹੈ ਤੇ ਲੇਕਿਨ ਅੰਮ੍ਰਿਤਪਾਲ ਸਿੰਘ ਦੀ ਇੱਕਦਮ ਵੀਡੀਓ ਆਉਣ ਦੇ ਨਾਲ ਥੋੜਾ ਜਿਹੜਾ ਹਲਚਲ ਜੀ ਪੈਦਾ ਹੋ ਗਈ ਹੈ ਪੰਜਾਬ ਦੇ ਵਿੱਚ। ਕਾਰਨ ਉਹਦਾ ਇਹ ਹੈਗਾ ਕਿ ਕੁਝ ਸਮੇਂ ਪਹਿਲਾਂ ਹੀ ਆਪਾਂ 27 ਤਰੀਕ ਤੋਂ ਬਾਅਦ 1-2 ਦਿਨ ਦੀ ਜੇ ਵਿੱਚ ਗੱਲ ਵੀ ਕਰਦੇ ਹੈਗੇ ਜੀ ਤੇ ਗੱਲ ਖਬਰ ਆ ਰਹੀ ਸੀਗੀ ਕਿ ਅੰਮ੍ਰਿਤਪਾਲ ਸਿੰਘ ਨੇਪਾਲ ਦੇ ਵਿੱਚ ਹੋ ਸਕਦਾ ਹੈਗਾ ਔਰ ਭਾਰਤ ਸਰਕਾਰ ਵੱਲੋਂ ਨੇਪਾਲ ਸਰਕਾਰ ਨੂੰ ਇੱਕ ਪੱਤਰ ਵੀ ਲਿਖ ਕੇ ਕਿਹਾ ਗਿਆ ਵੀ ਜੇ ਅੰਮ੍ਰਿਤਪਾਲ ਸਿੰਘ ਉੱਥੇ ਹੈਗਾ ਤੇ ਉਹਨੂੰ ਤੁਸੀਂ ਭੱਜਣ ਨਾ ਦਿਓ, ਹੋ ਸਕਦਾ ਉਹ ਜਾਲੀ ਪਾਸਪੋਰਟ ਬਣਾ ਕੇ ਕਿਸੇ ਹੋਰ ਦੇਸ਼ ਵਿੱਚ ਭੱਜਣ ਦੀ ਕੋਸ਼ਿਸ਼ ਕਰੇ, ਇਦਾਂ ਦੀਆਂ ਖਬਰਾਂ। ਇੱਕ ਇਹੀ ਗੱਲ ਤੇ ਮੈਂ ਜੋੜਦਾ ਹੋਇਆ ਗੱਲ ਕਰਦਾ ਕਿ ਇਹ ਸਰਕਾਰ ਨੂੰ ਕਿਹੜਾ ਸੂਤਰ ਜੋ ਹਮੇਸ਼ਾ ਗਲਤ, ਰਾਤੀ ਤੁਸੀਂ ਦੇਖਿਆ ਹੋਊਗਾ ਕਿ ਫਗਵਾੜਾ ਹੁਸ਼ਿਆਰਪੁਰ ਰੋਡ ਪੂਰਾ ਪੁਲਿਸ ਨੇ ਜਾਮ ਕੀਤਾ ਹੋਇਆ ਸੀਗਾ, ਉੱਥੇ ਸ਼ੱਕ ਜਤਾਇਆ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਉੱਥੇ ਦੇਖੇ ਗਏ, ਉਹਨਾਂ ਦੀ ਗੱਡੀ ਫੜੀ ਗਈ ਆ ਤੇ ਮਤਲਬ ਕਿ ਇਹ ਜਾਂਚ ਨੂੰ ਮੋੜਨ ਦਾ ਤਰੀਕਾ ਬਣਾਇਆ ਜਾ ਰਿਹਾ ਜਾਂ ਕਿ ਲੋਕਾਂ ਦਾ ਧਿਆਨ ਭੜਕਾਉਣ ਦੇ ਲਈ ਕੁਛ ਕੀਤਾ ਜਾ ਰਿਹਾ ਕਿ ਪਿੱਛੇ ਇਹਦੇ ਕੁਛ ਹੋਰ ਕਾਰਨ ਹੋ ਸਕਦੇ ਨੇ? ਦੇਖੋ ਕਰਮਜੀਤ ਜੀ, ਜੇ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਦੇ ਹਾਂ, ਸਰਕਾਰ ਦੀਆਂ ਖੁਫੀਆ ਏਜੰਸੀਆਂ ਦੀਆਂ ਜਿਹੜੀਆਂ ਆਪਾਂ ਗੱਲ ਕਰਦੇ ਹਾਂ, ਇੰਟੈਲੀਜੈਂਸ ਏਜੰਸੀਆਂ ਦੀ ਜਾਂ ਪੰਜਾਬ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਫੋਰਸਾਂ ਦੀ ਆਪਾਂ ਗੱਲ ਕਰਦੇ ਹੈਗੇ ਆ, ਤੇ ਉਹਨਾਂ ਦੀ ਇਹ ਡਿਊਟੀ ਹੈਗੀ ਆ ਕਿ ਜਿਹੜਾ ਵੀ ਉਹਨਾਂ ਨੂੰ ਜੋ ਮੁਜਰਮ ਲੱਗਦਾ ਹੈ ਜਾਂ ਕੋਈ ਉਹਨਾਂ ਦੀ ਕਲੂ ਮਿਲਦਾ, ਜੋ ਵੀ ਉਹਨਾਂ ਨੂੰ ਕਲੂ ਮਿਲਦਾ, ਜਿਹੜੇ ਵੀ ਉਹਨਾਂ ਦੇ ਨੈਟਵਰਕ ਬੈਠੇ ਆ, ਜਿਹੜੇ ਵੀ ਸੂਤਰ ਇੱਥੇ ਬੈਠੇ ਆ, ਉਹ ਉਹਨਾਂ ਨੂੰ ਪਲ ਪਲ ਦੀ ਖਬਰ ਦਿੰਦੇ ਨੇ ਔਰ ਪੁਲਿਸ ਦੀ ਇਹ ਡਿਊਟੀ ਬਣਦੀ ਹੁੰਦੀ ਹੈ ਕਿ ਉਹ ਉਸ ਥਾਂ ਦੇ ਉੱਤੇ ਉਸ ਲੋਕੇਸ਼ਨ ਦੇ ਉੱਤੇ ਪਹੁੰਚ ਕੇ ਉਹਨੂੰ ਉਹਦੀ ਜਾਂਚ ਪੜਤਾਲ ਕਰਨ ਔਰ ਉੱਤੇ ਕਾਰਵਾਈ ਕਰਨ। ਤੇ ਲੇਕਿਨ ਇੱਕ ਚੀਜ਼ ਹੋਰ ਕਰਮਜੀਤ ਜੀ ਇਹਦੇ ਵਿੱਚ ਜਿਹੜੀ ਜੁੜੀ ਕਿ ਜਿੱਦਾਂ ਤੁਸੀਂ ਹੁਣੇ ਦੱਸਿਆ ਕਿ ਹੁਸ਼ਿਆਰਪੁਰ ਦਾ ਇੱਕ ਪਿੰਡ ਸੀਗਾ, ਉੱਥੇ ਪੁਲਿਸ ਜਿਹੜੀ ਗਈ ਸੀਗੀ ਇੱਕ ਇਨੋਵਾ ਦਾ ਪਿੱਛਾ ਕਰਦੀ ਹੋਈ ਤੇ ਉਸ ਤੋਂ ਬਾਅਦ ਉੱਥੇ ਤਲਾਸ਼ੀ ਅਭਿਆਨ ਵੀ ਚਲਾਇਆ, ਕਾਫੀ ਘਰਾਂ ਦੀ ਤਲਾਸ਼ੀ ਵੀ ਲਈ ਗਈ, ਉਸ ਤੋਂ ਬਾਅਦ ਵਿੱਚ ਅੱਧੀ ਰਾਤ ਦੇ ਤਕਰੀਬਨ ਪੁਲਿਸ ਵਾਪਸ ਆਈ, ਅੱਜ ਸਵੇਰ ਤੱਕ ਵੀ ਉਹ ਜਿਹੜੀ ਚੈਕਿੰਗ ਸੀਗੀ ਚੱਲਦੀ ਪਈ ਉਹ ਚੱਲਦੀ ਪਈ ਸੀ। ਔਰ ਇਸ ਤੋਂ ਪਹਿਲਾਂ ਇੱਕ ਹੋਰ ਚੀਜ਼ ਜਿਹੜੀ ਚੱਲ ਰਹੀ ਸੀ ਉਹ ਇਹ ਸੀਗੀ ਕਿ ਦਰਬਾਰ ਸਾਹਿਬ ਦੇ ਆਸੇ ਪਾਸੇ ਜਿੰਨੇ ਵੀ ਹੋਟਲ ਸੀਗੇ ਜਾਂ ਹੋਰ ਜਿਹੜੀਆਂ ਇਹੋ ਜਿਹੀਆਂ ਥਾਵਾਂ ਸੀਗੀਆਂ ਉਹਨਾਂ ਨੂੰ ਵੀ ਸਰਚ ਅਭਿਆਨ ਦੇ ਵਿੱਚ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਅਚਾਨਕ ਹੀ ਜਿਹੜੀ ਹੈਗੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਜਿਹੜੀ ਆ ਉਹ ਆ। ਉਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਜੋੜਨੀ ਚਾਹੁੰਦਾ ਕਿ ਇਸ ਤੋਂ ਪਹਿਲਾਂ ਇੱਕ ਨਿਊਜ਼ ਚੱਲ ਰਹੀ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਤੁਸੀਂ ਕਿਹਾ ਕਿ ਉੱਥੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਪੁਲਿਸ ਨੇ ਘੇਰਾ ਪਾਇਆ ਸੀ, ਉਹਦੇ ਦੋ ਪੱਖ ਅਸੀਂ ਦੇਖੇ ਨੇ,
ਇੱਕ ਪੱਖ ਤਾਂ ਇਹ ਹੈ ਕਿ ਐਸ ਪੀ ਭੰਡਾਲ ਸਾਹਿਬ ਨੇ ਉੱਥੇ ਉਹਨਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਗਰ ਗ੍ਰਿਫਤਾਰ ਕੀਤਾ ਉੱਥੇ ਆਉਂਦੇ ਤਾਂ ਅਸੀਂ ਉਹਨੂੰ ਗ੍ਰਿਫਤਾਰ ਕਰਾਂਗੇ ਜੀ ਜੀ ਤੇ ਵਿੱਚ ਇਹ ਵੀ ਗੱਲਾਂ ਸੁਣਨ ਨੂੰ ਆਈਆਂ ਕਿ ਉਹਨਾਂ ਨੇ ਕੁਛ ਸ਼ਰਤਾਂ ਰੱਖੀਆਂ ਨੇ ਕਹਿੰਦੇ ਨੇ ਕੁਛ ਵਿਚੋਲੇ ਪਾਏ ਨੇ ਵਿੱਚ ਉਹਨਾਂ ਨੇ ਤੇ ਉਹ ਵਿਚੋਲਿਆਂ ਨੇ ਗੱਲਬਾਤ ਕਰਾਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਗ੍ਰਿਫਤਾਰੀ ਦੇ ਸਕਦਾ ਇਹ ਵੀ ਅਫਵਾਹ ਦਾ ਬਜਾਰ ਚ ਪੂਰੀ ਤਰ੍ਹਾਂ ਗਰਮ ਰਿਹਾ ਕਿ ਲੋਕਾਂ ਦਾ ਸਾਰਾ ਦਿਨ ਧਿਆਨ ਇਹਦੇ ਉੱਤੇ ਰਿਹਾ ਫਿਰ ਅੱਜ ਇੰਨੇ ਇੰਸੀਡੈਂਟ ਹੋ ਚੁੱਕੇ ਨੇ ਕਿ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਹੋਇਆ ਉਹਦੇ ਨਾਲ ਹੀ ਲੱਗਦਾ ਅਕਾਲ ਤਖ਼ਤ ਸਾਹਿਬ ਦਾ ਟਵੀਟ ਜਥੇਦਾਰ ਸਾਹਿਬ ਦਾ ਟਵੀਟ ਬੈਨ ਕਰ ਦੇਣਾ ਤੇ ਬੱਬੂ ਮਾਨ ਦਾ ਟਵਿੱਟਰ ਬੈਨ ਕਰ ਦੇਣਾ ਤੇ ਮਤਲਬ ਕਿ ਇੱਕਦਮ ਹੀ ਇੰਸੀਡੈਂਟ ਕੁਛ ਸਮਝ ਨਹੀਂ ਆ ਰਿਹਾ ਲੋਕਾਂ ਨੂੰ ਕੁਛ ਤਾਂ ਇਹ ਵੀ ਗੱਲਾਂ ਕਹਿ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਦੇਖ ਕੇ ਕਿ ਉਹਨਾਂ ਦੀ ਬੋਡੀ ਲੈਂਗੁਏਜ ਕੁਛ ਹੋਰ ਕਹਿ ਰਹੀ ਆ ਤੇ ਉਹ ਕੁਛ ਹੋਰ ਕਹਿ ਰਹੇ ਨੇ ਬਹੁਤ ਸਾਰੀਆਂ ਨਿਊਜ਼ਾਂ ਆਪਾਂ ਦੇਖ ਰਹੇ ਹਾਂ ਟਵਿੱਟਰ ਤੇ ਵੀ ਦੇਖ ਰਹੇ ਹਾਂ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ ਕੁਛ ਥੋੜੇ ਦਿਨਾਂ ਤੱਕ ਕਲੀਅਰ ਵੀ ਹੋ ਜੂਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਫਿਰ ਜਦੋਂ ਲਾਈਵ ਆਉਣਗੇ ਉਹ ਆਪਣੀ ਸਿਚੁਏਸ਼ਨ ਦੱਸਣਗੇ ਕਿ ਅਗਲੇ ਜਾਂ ਕੌਮ ਨੂੰ ਜਾਂ ਕੀ ਸੰਦੇਸ਼ ਦੇਣਗੇ ਜਾਂ ਪੰਜਾਬ ਦੇ ਲੋਕ ਇਹਦੇ ਵਿੱਚ ਵਿਰੋਧੀ ਤੇ ਸਮਰਥਕ ਆਪਸ ਵਿੱਚ ਬਹਿਸਬਾਜ਼ੀ ਲਗਾਤਾਰ ਜਾਰੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਹ ਬਹਿਸਬਾਜ਼ੀ ਕਿਸ ਤਰ੍ਹਾਂ ਦਾ ਰੂਪ ਤਿਆਰ ਕਰ ਸਕਦੀ? ਦੇਖੋ ਬਹਿਸਬਾਜ਼ੀ ਤੇ ਆਪਾਂ ਨਹੀਂ ਕਰ ਸਕਦੇ, ਕਹਿ ਸਕਦੇ ਇਸ ਚੀਜ਼ ਨੂੰ ਕਿ ਜਿੰਨਾ ਵੀ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਵੀ ਕੰਟੈਂਟ ਇਸ ਟਾਈਮ ਦੇ ਉੱਤੇ ਚੱਲਦਾ ਪਿਆ, ਜੋ ਕਮੈਂਟ ਚੱਲ ਰਹੇ ਨੇ ਉਹਨਾਂ ਦੇ ਸਮਰਥਕਾਂ ਵੱਲੋਂ ਜਾਂ ਉਹਨਾਂ ਦੇ ਵਿਰੋਧੀਆਂ ਵੱਲੋਂ ਲਗਾਤਾਰ, ਵਿਰੋਧੀ ਕਹਿ ਰਹੇ ਨੇ ਕਿ ਜੀ ਇਹ ਮਤਲਬ ਘਬਰਾਇਆ ਹੋਇਆ ਜਾਂ ਡਰਿਆ ਹੋਇਆ ਜਾਂ ਵੀਡੀਓ ਫੇਕ ਆ ਰਹੀ ਹੈ ਜੀ, ਇਹ ਉਹਦਾ ਕਲੋਨ ਆ ਜੀ। ਮੈਂ ਇੱਥੋਂ ਤੱਕ ਵੀ ਕਮੈਂਟ ਪੜੇ ਸੀ ਕਿ ਕਿਸੇ ਨੇ ਕਿਹਾ ਕਿ ਕਲੋਨ ਹੈਗਾ, ਪ੍ਰਸ਼ਾਸਨ ਜਿੰਨਾ ਵੀ ਉਹਦਾ ਜਿੰਨੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ, ਉਸ ਤੋਂ ਬਾਅਦ ਪੁਲਿਸ ਜਿਹੜੀ ਹੈਗੀ ਆ ਪੈਣ ਨੱਪਦੀ ਉਹਨਾਂ ਦੇ ਇੱਕ ਇੱਕ ਸਟੈਪ ਨੂੰ ਦੇਖਦੀ, ਉਹਨਾਂ ਦੇ ਮਗਰ ਲੱਗੀ ਹੋਈ ਹੈ। ਔਰ ਤੁਸੀਂ ਜਿੱਦਾਂ ਜੇ ਆਪਾਂ ਇਸ ਵੀਡੀਓ ਨੂੰ ਸਹੀ ਵੀ ਮੰਨ ਲੈਂਦੇ ਹਾਂ ਹਨਾ, ਥੋੜ੍ਹੀ ਦੇਰ ਤੱਕ ਫਿਲਹਾਲ ਅਜੇ ਹਰਜਸ ਟੀਵੀ ਅਦਾਰਾ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀਓ ਵਾਕਈ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਹੈ ਜਾਂ ਨਹੀਂ ਹੈ, ਠੀਕ ਹੈ। ਇਸ ਚੀਜ਼ ਦਾ ਜਿਹੜਾ ਖੁਲਾਸਾ ਜਿਹੜਾ ਹੋਏਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ, ਔਰ ਆਪਾਂ ਦੇਖਾਂਗੇ ਕਿ ਇਹਦੇ ਹੋਰ ਕੀ ਭੇਦ ਖੁੱਲਦੇ ਆ। ਪਰ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਜਿਹੜੀ ਅੰਮ੍ਰਿਤਪਾਲ ਸਿੰਘ ਦੀ ਬੋਡੀ ਲੈਂਗੁਏਜ ਜਿਹੜੀ ਸੀਗੀ, ਮੈਂ ਇਸ ਗੱਲ ਨੂੰ ਮੰਨਦਾ ਹੈਗਾ, ਮੇਰਾ ਇਹ ਵਿਚਾਰ ਹੈਗਾ ਕਿ ਵੀ ਜਦੋਂ ਬੰਦੇ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਪਿਆ ਹੋਵੇ ਤੇ ਔਰ ਉਸ ਤੋਂ ਬਾਅਦ ਉਹਨੂੰ ਪਤਾ ਹੋਵੇ ਕਿ ਪੂਰੀ ਪੰਜਾਬ ਦੀ ਪੁਲਿਸ ਮਗਰ ਲੱਗੀ ਹੋਈ ਹੈ, ਇੰਟੈਲੀਜੈਂਸ ਜਿਹੜੀਆਂ ਨੇ ਉਹ ਮਗਰ ਲੱਗੀਆਂ ਹੋਈਆਂ ਨੇ, ਖੂਫੀਆ ਏਜੰਸੀਆਂ ਮਗਰ ਲੱਗੀਆਂ ਹੋਈਆਂ, ਪੁਲਿਸ ਦਾ ਪੂਰਾ ਨੈਟਵਰਕ ਜਿੰਨਾ ਵੀ ਹੈਗਾ ਉਹ ਪੂਰੇ ਦਾ ਪੂਰਾ ਮਗਰ ਲੱਗਾ ਹੋਇਆ ਉਹਨਾਂ ਨੂੰ ਅਰੈਸਟ ਕਰਨ ਵਾਸਤੇ, ਤੇ ਓਬਵੀਅਸਲੀ ਬੰਦੇ ਦੇ ਉੱਤੇ ਮਾਈਂਡ ਦੇ ਉੱਤੇ ਇੰਨਾ ਪ੍ਰੈਸ਼ਰ ਆ ਹੀ ਜਾਂਦਾ ਹੈਗਾ, ਠੀਕ ਹੈ। ਔਰ ਉਸ ਹਿਸਾਬ ਨਾਲ ਇਹ ਬੋਡੀ ਲੈਂਗੁਏਜ ਹੈਗੀ ਆ, ਬਾਕੀ ਦੇਖੋ ਅੰਮ੍ਰਿਤਪਾਲ ਸਿੰਘ ਜਾਣਦਾ ਜਾਂ ਬਾਕੀ ਰੱਬ ਜਾਣਦਾ ਹੈ, ਤੇ ਆਪਾਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਹੈਗੇ ਕਿ ਇਹ ਜੋ ਵੀਡੀਓ ਆਈ ਹੈਗੀ ਆ ਵਾਕਈ ਇਹ ਅੰਮ੍ਰਿਤਪਾਲ ਸਿੰਘ ਦੀ ਹੈਗੀ ਆ, ਲੇਕਿਨ ਫਿਰ ਵੀ ਜੋ ਆਇਆ ਹੈਗਾ ਜੋ ਵੀਡੀਓ ਹੁਣ ਆਪਾਂ ਦੇਖੀ ਆ ਸੋਸ਼ਲ ਮੀਡੀਆ ਦੇ ਉੱਤੇ, ਉਸ ਨੇ ਪੰਜਾਬ ਦੇ ਮਾਹੌਲ ਨੂੰ ਇੱਕ ਵਾਰ ਦੁਬਾਰਾ ਫਿਰ ਗਰਮੀ ਦਿੱਤੀ ਹੈ, ਔਰ ਵਿਰੋਧੀਆਂ ਵਿੱਚ ਵੀ ਗਰਮੀ ਪੈਦਾ ਹੋ ਗਈ ਔਰ ਜਿਹੜੇ ਸਮਰਥਕ ਸੀ ਉਹਨਾਂ ਦੇ ਵਿੱਚ ਵੀ ਗਰਮੀ ਪੈਦਾ ਹੋਈ ਆ, ਔਰ ਇਹੀ ਦੇਖਣਾ ਪੈਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੀਡੀਓ ਨੂੰ ਜਿਹੜੇ ਹੈਗੇ ਆ ਉਹ ਪੰਜਾਬ ਦੀ ਜਿਹੜੀ ਸਰਕਾਰ ਆ ਉਸ ਵੀਡੀਓ ਨੂੰ ਕਿਵੇਂ ਲੈਂਦੀ ਹੈ ਜਾਂ ਕੋਈ ਸੂਤਰ ਜਾਂ ਕੋਈ ਸੁਰਾਗ ਲੱਭਦੀ ਹੈ ਵੀਡੀਓ ਵਿੱਚੋਂ ਉਹਨਾਂ ਤੱਕ ਪਹੁੰਚਣ ਦਾ ਤੇ ਉਹਨਾਂ ਨੂੰ ਅਰੈਸਟ ਕਰਨ ਦਾ, ਉਹਨਾਂ ਦਾ ਵੀ ਸਰਕਾਰ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ ਇਸ ਗੱਲ ਦੇ ਉੱਤੇ ਕਿ ਆਪਾਂ ਉਹ ਕਿੱਦਾਂ ਕਰਨਾ। ਤੇ ਅੱਜ ਚਲੋ ਉਹੀ ਗੱਲ ਮੈਂ ਇੱਕ ਦੁਬਾਰਾ ਤੋਂ ਰਿਪੀਟ ਕਰਨਾ ਚਾਹੁੰਦਾ ਕਿ ਜੋ ਦਰਬਾਰ ਸਾਹਿਬ ਦੇ ਬਾਹਰ ਪੁਲਿਸ ਲੱਗੀ ਸੀਗੀ, ਇੱਕ ਗੱਲ ਇਹ ਵੀ ਨਿਕਲ ਕੇ ਆ ਰਹੀ ਸੀ ਕਿ ਅੱਜ ਸ਼ਾਇਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਲੱਗਦਾ ਕਿ 48 ਘੰਟੇ ਦਾ ਟਾਈਮ ਪੂਰਾ ਹੋਣ ਵਾਲਾ ਕਿ ਉੱਥੇ ਕੌਮ ਨੂੰ ਸੰਦੇਸ਼ ਦੇਣਗੇ, ਉੱਥੇ ਸ਼ਾਇਦ ਇਹ ਵੀ ਖੁਫੀਆਂ ਜੋ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਈ ਸ਼ਾਇਦ ਕੋਈ ਉੱਥੋਂ ਪ੍ਰੋਗਰਾਮ ਉਲੀਕਣਗੇ ਤੇ ਉਹਨੂੰ ਰੋਕਣ ਲਈ ਪੁਲਿਸ ਉੱਥੇ ਖੜੀ ਆ, ਜੋ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਨੇ ਕਿਉਂਕਿ ਅਫਵਾਹ ਦਾ ਬਜ਼ਾਰ ਬਹੁਤ ਗਰਮ ਆ ਤੇ ਲੋਕੀ ਇਸ ਚੀਜ਼ ਦੇ ਵਿੱਚ ਸਮਝ ਨਹੀਂ ਪਾ ਰਹੇ ਕਿ ਇਹ ਚੀਜ਼ ਹੋ ਕਿਉਂ ਰਹੀ ਆ ਤੇ ਕਿਵੇਂ ਹੋ ਰਹੀ ਆ, ਇਹਨੂੰ ਜਾਂ ਕੋਈ ਮੈਨੂਪੁਲੇਟ ਕੀਤਾ ਜਾ ਰਿਹਾ ਜਾਣ ਕੇ ਜਾਂ ਲੋਕਾਂ ਦੇ ਵਿੱਚ ਐਡੀ ਸਾਰੀ ਪੁਲਿਸ ਫੋਰਸ ਲਗਾ ਕੇ ਦਹਿਸ਼ਤ ਦਾ ਮਾਹੌਲ ਪੇਸ਼ ਕੀਤਾ ਜਾ ਰਿਹਾ ਜਾਂ ਸਰਕਾਰ ਸੱਚ ਚਾਹੁੰਦੀ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ? ਜੀ ਕਰਨਜੀਤ ਜੀ, ਦੇਖੋ ਮੈਂ ਆਪਾਂ ਪਹਿਲਾਂ ਵੀ ਇਸ ਵਿਸ਼ੇ ਉੱਤੇ ਕਾਫੀ ਵਾਰ ਬੋਲੇ ਹੈਗੇ ਆ, ਗੱਲ ਕੀਤੀ ਹੈਗੀ ਆ ਕਿ
सरकार किसी भी कीमत ते ये नहीं चाहती कि पंजाब दा माहौल जो है वो खराब हो गए, खराब हो गए, ठीक है। जा नौजवानों दे विच किसी तरह की कोई भड़काहट पैदा हो गए, जा वो बौखलाहट दे विच जल्दबाजी दे विच कोई कदम चकन। पर जे आपां पिछले हफ्ते तो ज्यादा ही टाइम हो गया, 11 दिन हो गए टोटल, अज्ज दा दिन बाकी 18 तरीक तो लैके हुण तक जे आपां गल करिए पंजाब दे लोकां दी जा नौजवानों दी, उन्होंने बड़ी सूझ ਤੋਂ ਕੰਮ ਲਿਆ। ਕਿਸੇ ਵੀ ਸਮਰਥਕ ਨੇ ਜਾਂ ਵਿਰੋਧੀ ਨੇ ਕੋਈ ਵੀ ਭੜਕਾਟ ਵਾਲੀ ਹਰਕਤ ਨਹੀਂ ਕੀਤੀ, ਔਰ ਇਹ ਇੱਕ ਚੰਗੀ ਗੱਲ ਹੈਗੀ ਹੈ ਕਿ ਲੋਕ ਅੱਜ ਦੇ ਸਮੇਂ ਦੇ ਵਿੱਚ ਸਮਝਦਾਰ ਨੇ, ਔਰ ਉਹ ਸਮਝਦੇ ਨੇ ਕਿ ਉਹਨਾਂ ਨੂੰ ਕਿਵੇਂ ਕਰਨਾ ਚਾਹੀਦਾ ਹੈਗਾ ਔਰ ਕਿਵੇਂ ਚੱਲਣਾ ਚਾਹੀਦਾ ਹੈ, ਔਰ ਇਸ ਗੱਲ ਦੇ ਵਿੱਚ ਸਿਆਣਪ ਵੀ ਹੈਗੀ ਆ। ਭੜਕਾਹਟ ਦੇ ਵਿੱਚ ਆ ਕੇ, ਬੁਖਲਾਹਟ ਦੇ ਵਿੱਚ ਆ ਕੇ ਅਸੀਂ ਕੋਈ ਅਜਿਹਾ ਕਦਮ ਪੱਟੀਏ, ਠੀਕ ਹੈ, ਜਲਦਬਾਜ਼ੀ ਵਿੱਚ ਆ ਕੇ ਕੋਈ ਇਹੋ ਜਿਹਾ ਕਦਮ ਪੱਟੀਏ ਜਿੱਥੇ ਨੁਕਸਾਨ ਹੋਵੇ ਸਾਡੇ ਪੰਜਾਬ ਦਾ, ਔਰ ਉਸ ਚੀਜ਼ ਨੂੰ ਲੋਕ ਸਮਝਦੇ ਵੀ ਨੇ, ਔਰ ਜਥੇਦਾਰ ਸਾਹਿਬ ਵੀ ਇਸ ਚੀਜ਼ ਨੂੰ ਸਮਝਦੇ ਨੇ, ਔਰ ਉਹਨਾਂ ਨੂੰ ਵੀ ਪਤਾ ਹੈਗਾ ਕਿਉਂਕਿ ਇੰਨੀ ਜਲਦੀ ਉਹ ਕੋਈ ਵੀ ਐਕਸ਼ਨ ਨਹੀਂ ਲੈਣਗੇ, ਔਰ ਪੂਰੀ ਵੀਡੀਓ ਦੀ ਜਾਂਚ ਪੜਤਾਲ ਕਰਕੇ ਦੇਖ ਕੇ ਸਮਝ ਕੇ ਉਸ ਤੋਂ ਬਾਅਦ ਵਿੱਚ ਹੀ ਕੋਈ ਬਿਆਨ ਜਾਰੀ ਕਰਨਗੇ। ਔਰ ਮੈਨੂੰ ਜਿੱਥੋਂ ਤੱਕ ਇਹ ਲੱਗਦਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਹੀ ਬੇਨਤੀ ਕਰਨਗੇ ਕਿ ਤੁਸੀਂ ਜਿੱਥੇ ਵੀ ਹੈਗੇ ਹੋ ਉਹ ਆਪਣੀ ਅਰੈਸਟ ਕਰੋ ਤੇ ਮਤਲਬ ਸਰੈਂਡਰ ਕਰਾਓ ਆਪਣਾ। ਹਰਜਸ ਟੀਵੀ ਵੱਲੋਂ ਵੀ ਸ਼ਾਇਦ ਇਹੀ ਅਪੀਲ ਕੀਤੀ ਜਾਊ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ, ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਸੰਤਾਪ ਭੋਗ ਚੁੱਕਿਆ ਹੈ ਜੀ, ਤੇ ਪੰਜਾਬ ਉਹਨਾਂ ਰਾਹਾਂ ਤੇ ਮੁੜ ਕੇ ਨਾ ਜਾਵੇ ਜੀ ਜੀ, ਤੇ ਅਮਨ ਕਾਨੂੰਨ ਦੀ ਸਥਿਤੀ ਹੀ ਹਰ ਪੰਜਾਬ ਸਟੇਟ ਦੇ ਲਈ ਚਾਹੇ ਦੇਸ਼ ਦੇ ਲਈ ਆਪਾਂ ਕਹਿ ਸਕੀਏ ਕਿ ਉੱਥੇ ਦੇ ਵਪਾਰ ਨੂੰ ਉੱਥੇ ਬਿਜ਼ਨਸ ਨੂੰ ਬੜਾਵਾ ਦਿੰਦੀ ਆ। ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਇੱਕ ਹੋਰ ਸਰਬੱਤ ਖਾਲਸੇ ਦੀ ਗੱਲ ਕੀਤੀ ਆ, ਉਸ ਬਾਰੇ ਥੋੜਾ ਜਿਹਾ ਵਿਸਥਾਰ ਪੂਰਵਕ ਜਾਣਕਾਰੀ ਪਾਇਓ। ਦੇਖੋ ਕਰਮਜੀਤ ਜੀ, ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੀ ਜੋ ਵੀਡੀਓ ਦੇ ਵਿੱਚ ਕਿਹਾ ਹੈਗਾ ਕਿ ਵੀ ਤੁਸੀਂ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਦੀ ਕੌਲ ਦਵੋ ਪੂਰੀ ਸੰਗਤ, ਹਾਂਜੀ, ਔਰ ਸਰਬੱਤ ਖਾਲਸਾ ਉੱਥੇ ਆਵੇ। ਔਰ ਆਪਣੀ ਵੀਡੀਓ ਦੇ ਵਿੱਚ ਉਹਨਾਂ ਨੇ ਏਦਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਕਿ ਮੈਂ ਸਰੈਂਡਰ ਕਰੂੰਗਾ, ਠੀਕ ਹੈ, ਜਾਂ ਮੈਂ ਇਸ ਜਗ੍ਹਾ ਦੇ ਉੱਤੇ ਹੈਗਾ। ਉਹਨਾਂ ਨੇ ਕਿਹਾ ਵੀ ਮੈਂ ਚੜ੍ਹਦੀ ਕਲਾ ਵਿੱਚ ਹੈ ਔਰ ਸੰਘਰਸ਼ ਦੇ ਵਿੱਚ ਹੈ, ਔਰ ਇਹਦੇ ਵਿੱਚ ਜਦੋਂ ਕਿਤੇ ਸਰੈਂਡਰ ਕਰਨ ਦੀ ਲੋੜ ਪਈ ਤੇ ਅਸੀਂ ਫਿਰ ਸਰੈਂਡਰ ਕਰਾਂਗੇ, ਲੇਕਿਨ ਉਹ ਹਜੇ ਉਸ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਉਹਨਾਂ ਨੇ ਕੋਈ ਵੀ। ਔਰ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਅਜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਰੈਂਡਰ ਦੀ ਕੋਈ ਗੱਲਬਾਤ ਜਾਂ ਕੋਈ ਦਿਸ਼ਾ ਨਿਰਦੇਸ਼ ਜਿਹੜਾ ਹੈਗਾ ਅੰਮ੍ਰਿਤਪਾਲ ਸਿੰਘ ਕੋਈ ਅਗਲੀ ਵੀਡੀਓ ਵਿੱਚ ਕਰੇਗਾ। ਰਹੀ ਗੱਲ ਜਿਹੜੀ ਆਪਾਂ ਕਰ ਰਹੇ ਸੀਗੇ ਵੀ ਖਾਲਸਾ ਬਹੀਰ ਦੀ, ਜਾਂ ਆਪਾਂ ਸਰਬੱਤ ਖਾਲਸਾ ਦੀ ਗੱਲ ਕਰ ਰਹੀ ਸੀ, ਉਹ ਉਹਨਾਂ ਨੇ ਕੌਲ ਜ਼ਰੂਰ ਦਿੱਤੀ ਹੈ, ਲੇਕਿਨ ਉਹਨਾਂ ਨੇ ਉਹ ਬੇਨਤੀ ਕੀਤੀ ਹੈ ਅਕਾਲ ਤਖ਼ਤ ਸਾਹਿਬ ਨੂੰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਕਿ ਤੁਸੀਂ ਵਿਸਾਖੀ ਦੇ ਸਮੇਂ ਜਿਹੜਾ ਹੈਗਾ ਉਹ ਸਰਬੱਤ ਖਾਲਸਾ ਜਿਹੜੀ ਆ ਉਹਨੂੰ ਬੁਲਾਓ, ਤਾਂ ਕਿ ਜੋ ਪੰਜਾਬ ਦੀ ਜਵਾਨੀ ਹੈ, ਜੋ ਪੰਜਾਬ ਦੀ ਦੇ ਸਿੱਖ ਹੈ, ਔਰ ਜੋ ਪੰਜਾਬੀ ਭਾਸ਼ਾ ਹੈਗੀ ਆ ਉਹਦੇ ਬਾਰੇ ਉਹਨਾਂ ਲੋਕਾਂ ਨੂੰ ਜਾਗਰੂਕ ਕਰੋ, ਉਹਨਾਂ ਨੂੰ ਦੱਸੋ, ਠੀਕ ਹੈ। ਔਰ ਇਸ ਚੀਜ਼ ਬਾਰੇ ਗੱਲਬਾਤ ਹੋਈ ਹੈ, ਔਰ ਇਹ ਗੱਲ ਕਰਮਜੀਤ ਜੀ ਬਿਲਕੁਲ ਸਹੀ ਕਹਿੰਦੇ ਵੀ ਅਸੀਂ ਪੂਰੇ ਪੰਜਾਬ ਦੀ ਸੰਗਤ ਨੂੰ, ਪੂਰੇ ਜਿੱਥੇ ਵੀ ਸਾਡੇ ਸਿੱਖ ਭਰਾ ਵਸਦੇ ਨੇ ਔਰ ਜਿੱਥੇ ਵੀ ਸਾਡਾ ਪੰਜਾਬੀ ਭਾਈਚਾਰਾ ਬੈਠਾ ਹੈਗਾ, ਔਰ ਕੋਈ ਵੀ ਜਲਦਬਾਜ਼ੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਿਆਨ ਨਾ ਦਿਓ, ਬੌਖਲਾਹਟ ਦੇ ਵਿੱਚ ਆ ਕੇ ਕੋਈ ਵੀ ਗਲਤ ਸ਼ਬਦਾਵਲੀ ਕਿਸੇ ਨੂੰ ਵੀ ਇੱਕ ਦੂਜੇ ਨੂੰ ਨਾ ਵਰਤੋ। ਔਰ ਇਸ ਵੀਡੀਓ ਦੀ ਹਜੇ ਤੱਕ ਪੁਸ਼ਟੀ ਨਹੀਂ ਹੋਈ, ਔਰ ਜਿੱਥੋਂ ਤੱਕ ਸਰਕਾਰ ਦੀ ਗੱਲ ਹੈਗੀ ਆ, ਸਰਕਾਰ ਵੀ ਆਪਣੇ ਵੱਲੋਂ ਪੂਰੀ ਤਰ੍ਹਾਂ ਕੋਸ਼ਿਸ਼ ਕਰੇਗੀ, ਔਰ ਸਰਕਾਰ ਵੀ ਇਹ ਨਹੀਂ ਚਾਹੁੰਦੀ ਕਰਮਜੀਤ ਜੀ ਕਿ ਹਾਲਾਤ ਖਰਾਬ ਹੋਣ, ਕਿਉਂਕਿ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਕ ਸਾਲ ਆਪ ਦੀ ਸਰਕਾਰ ਦਾ ਬੀਤਿਆ, ਜਿੱਥੇ ਕਾਨੂੰਨੀ ਵਿਵਸਥਾ ਨੂੰ ਲੈ ਕੇ ਕੁਛ ਬਹੁਤ ਮੇਜਰ ਘਟਨਾਵਾਂ ਹੋਈਆਂ ਪਿਛਲੇ ਸਾਲ, ਔਰ ਇਹ ਦੂਜਾ ਸਾਲ ਸੀਗਾ, ਦੂਜੇ ਸਾਲ ਨੂੰ ਸ਼ੁਰੂ ਹੋਏ ਨੂੰ 2 ਹਫ਼ਤੇ ਹੋਏ ਸੀ ਅਜੇ, ਔਰ ਮੈਨੂੰ ਲੱਗਦਾ ਕਿ ਸਰਕਾਰ ਵੀ ਇਸ ਚੀਜ਼ ਦਾ ਖਾਸ ਧਿਆਨ ਰੱਖੇਗੀ, ਔਰ ਸਰਕਾਰ ਨੂੰ ਰੱਖਣਾ ਵੀ ਚਾਹੀਦਾ ਹੈਗਾ ਕਿ ਉਹ ਵੀ ਜਲਦਬਾਜ਼ੀ ਦੇ ਵਿੱਚ ਬੌਖਲਾਹਟ ਦੇ ਵਿੱਚ ਆ ਕੇ ਤੇ ਕੋਈ ਇਹੋ ਜਿਹਾ ਕਦਮ ਨਾ ਪੁੱਟਣ ਕਿ ਲੋਕ ਜਿਹੜੇ ਨੇ ਉਹ ਭੜਕਣ ਜਾਂ ਕਿਸੇ ਗਲਤ ਰਾਹ ਨੂੰ ਜਿਹੜਾ ਹੈਗਾ ਉਹ ਫੜਨ। ਇਹ ਚੀਜ਼ ਹੈ, ਕਿਉਂ ਇਹ ਜੋ ਸਾਰਾ ਅਵਤਾਰਾ ਆਪਾਂ ਜੋ ਵੀ ਹੋਇਆ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਸਰਬੱਤ ਖਾਲਸਾ ਦੀ ਕੌਲ ਦਿੱਤੀ ਆ, ਤੇ ਆਉਣ ਵਾਲੇ ਜੋ 13 ਦਿਨ ਨੇ, ਅੱਜ ਤਕਰੀਬਨ ਮਹੀਨਾ ਖਤਮ ਹੋ ਚੁੱਕਾ ਤੇ ਵਿਸਾਖੀ ਵਾਲੇ ਦਿਨ ਵੀ ਸ਼ੁਰੂ ਹੋਣ ਵਾਲੇ ਨੇ, ਹਾਂਜੀ, ਵਾਢੀਆਂ ਸਟਾਰਟ ਹੋਣ ਵਾਲੀਆਂ ਨੇ, ਮੰਡੀਆਂ ਚ ਕਣਕਾਂ ਆਉਣਗੀਆਂ, ਤੇ ਇਹ ਚੀਜ਼ਾਂ ਸਾਰੀਆਂ ਕਿੱਦਾਂ ਇਕੱਠੀਆਂ ਇਕੱਠੀਆਂ ਚੱਲਣਗੀਆਂ ਇੱਕ ਦੂਜੇ ਨੂੰ, ਕਿਉਂਕਿ ਪੰਜਾਬ ਨੂੰ ਦੋਨਾਂ ਚੀਜ਼ਾਂ ਦੀ ਜ਼ਰੂਰਤ ਹੈ, ਨੌਜਵਾਨੀ ਦੀ ਵੀ ਜ਼ਰੂਰਤ ਹੈ। ਅਗਰ ਕੋਈ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤਾਂ ਪੰਜਾਬ ਦੀ ਨੌਜਵਾਨੀ ਦਾ ਹੀ ਸਭ ਤੋਂ ਵੱਡਾ ਕਾਰਨ ਹੋਊਗਾ, ਜੋ ਪਿੱਛੇ ਆਪਾਂ ਦੇਖ ਚੁੱਕੇ ਹਾਂ। ਆਉਣ ਵਾਲੇ ਜੋ 13 ਦਿਨ ਨੇ, ਇਹ ਪੰਜਾਬ ਦੀ ਦਿਸ਼ਾ ਨੂੰ ਕਿਸ, ਪੰਜਾਬ ਦਾ ਜੋ ਰੁੱਖ ਹੈ ਜੋ ਅੱਜ ਹੋ ਰਿਹਾ, ਕਿਸ ਦਿਸ਼ਾ ਵੱਲ ਮੁੜਨਗੇ? ਦੇਖੋ ਮੈਂ ਆਪਣੇ ਕਰਮਜੀਤ ਜੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ ਕਿ ਪੰਜਾਬ ਦੇ ਲੋਕ ਇਸ ਟਾਈਮ ਸਮਝਦੇ ਨੇ
ਵਾਢੀਆਂ ਦਾ ਟਾਈਮ ਹੈ, ਵਾਢੀਆਂ ਸ਼ੁਰੂ ਹੋ ਜਾਂਦੀਆਂ ਨੇ, ਵਿਸਾਖੀ ਤੋਂ ਬਾਅਦ ਹੋ ਸਕਦੀਆਂ ਨੇ, ਫਸਲਾਂ ਪੱਕੀਆਂ ਹੋਈਆਂ ਨੇ, ਮੰਡੀ ਚ ਜਾਣੀਆਂ ਨੇ। ਹਜੇ ਫਿਲਹਾਲ ਮੈਨੂੰ ਕੀ ਲੱਗਦਾ ਕਿ ਲੋਕ ਹਜੇ ਪਹਿਲੇ ਉਸ ਚੀਜ਼ ਨੂੰ ਫੋਕਸ ਕਰਨਗੇ। ਸਰਬੱਤ ਖਾਲਸਾ ਦੀ ਕੌਲ ਜਿਹੜੀ ਹੈਗੀ ਹੈ ਉਹ ਕੌਮ ਦੀ ਕੌਲ ਹੈਗੀ ਹੈ, ਔਰ ਉੱਥੇ ਲੋਕ ਜਾਂਦੇ ਵੀ ਨਹੀਂ। ਪਹਿਲਾਂ ਵੀ 2017 ਦੇ ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ ਸੀਗਾ, ਔਰ ਉੱਥੇ ਵੀ ਬਹੁਤ ਜ਼ਿਆਦਾ ਇਕੱਠ ਹੋਇਆ ਸੀਗਾ, ਔਰ ਇੱਥੇ ਵੀ ਜਾਣਗੇ। ਲੇਕਿਨ ਮੈਨੂੰ ਇੰਨਾ ਪਤਾ ਕਿ ਪੰਜਾਬ ਦੇ ਲੋਕ ਚਾਹੇ ਅੰਮ੍ਰਿਤਪਾਲ ਸਿੰਘ ਜੀ ਦੇ ਸਮਰਥਕ ਵੀ ਸੀਗੇ। ਦੇਖੋ ਮੈਂ ਪੁਲਿਸ ਪ੍ਰਸ਼ਾਸਨ ਦੀ ਸਿਫਤ ਕਰਦਾ ਇਸ ਚੀਜ਼ ਨੂੰ ਲੈ ਕੇ ਕਿ ਉਹਨਾਂ ਨੇ 18 ਤਰੀਕ ਦੀ ਜਿਹੜੀ ਘਟਨਾ ਸੀਗਾ ਉਹਨੂੰ ਬੜੇ ਤਰੀਕੇ ਦੇ ਨਾਲ ਔਰ ਪਲੈਨਡ ਕਰਕੇ ਉਸ ਚੀਜ਼ ਨੂੰ ਅੰਜਾਮ ਦਿੱਤਾ। ਔਰ ਕੇਜਰੀਵਾਲ ਜੀ ਨੇ ਵੀ ਕਿਹਾ ਸੀਗਾ ਜਦੋਂ ਜਲੰਧਰ ਆਏ ਸੀਗੇ ਕਿ ਕੋਈ ਗੋਲੀ ਨਹੀਂ ਚੱਲੀ, ਕੋਈ ਖੂਨ ਨਹੀਂ ਡੁੱਲਿਆ ਔਰ ਸਾਰਾ ਕੁਝ ਠੀਕ ਤਰੀਕੇ ਨਾਲ ਹੋ ਗਿਆ। ਲੇਕਿਨ ਇਸ ਦਾ ਦੂਜਾ ਪੱਖ ਵੀ ਇਹ ਵੀ ਸੀਗਾ ਕਿ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਮਰਥਕ ਸੀਗੇ ਉਹਨਾਂ ਨੇ ਵੀ ਕੋਈ ਬਹੁਤ ਦੇ ਵਿੱਚ ਆ ਕੇ ਭੜਕਾਹਟ ਦੇ ਵਿੱਚ ਆ ਕੇ ਕਾਹਲੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫਾਇਰ ਨਹੀਂ ਕੀਤਾ, ਕੋਈ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ। ਤੇ ਦੋਨੋਂ ਚੀਜ਼ਾਂ ਦੇ ਉੱਤੇ ਉਹ ਚੀਜ਼ ਕੋਆਪਰੇਟ ਹੋਈ ਹੈ, ਤਿਆਰ ਦੋਨੋਂ ਹੀ ਸੀਗੇ, ਲੇਕਿਨ ਕੋਈ ਕਲੈਸ਼ ਨਹੀਂ ਹੋਇਆ। ਤੇ ਲੇਕਿਨ ਅੰਮ੍ਰਿਤਪਾਲ ਸਿੰਘ ਦੀ ਉਸ ਗ੍ਰਿਫਤ ਵਿੱਚੋਂ ਕਿੱਦਾਂ ਨਿਕਲੇ ਹੈਗੇ ਆ ਇਹ ਜ਼ਰੂਰ ਇੱਕ ਜਿਹੜਾ ਹੈਗਾ ਇਹ ਸਵਾਲ ਬਣਦਾ ਹੈਗਾ ਵੀ ਉਹ ਕਿੱਦਾਂ ਨਿਕਲ ਗਿਆ। ਇਸ ਚੀਜ਼ ਦਾ ਜਵਾਬ ਤੇ ਭਾਈ ਅੰਮ੍ਰਿਤਪਾਲ ਸਿੰਘ ਆਪ ਹੀ ਦੇ ਸਕਦੇ ਹੈਗੇ ਆ। ਤੇ ਬਾਕੀ ਤੁਸੀਂ ਮਤਲਬ ਇਹੀ ਹੈ ਕਿ ਵੀ ਜਿਹੜਾ ਅਦਾਰਾ ਹਰਜਸ ਜਿਹੜਾ ਹੈਗਾ ਇਹੀ ਵਾਰ ਵਾਰ ਸੰਗਤ ਨੂੰ ਜਿੰਨੇ ਵੀ ਸਾਡੇ ਦਰਸ਼ਕ ਹੈਗੇ ਉਹਨਾਂ ਨੂੰ ਇਹੀ ਬੇਨਤੀ ਕਰਦਾ ਹੈਗਾ ਕਿ ਤੁਸੀਂ ਬੁਖਲਾਹਟ ਦੇ ਵਿੱਚ ਨਹੀਂ ਆਉਣਾ ਔਰ ਸਬਰ ਰੱਖਣਾ ਹੈਗਾ ਔਰ ਕੋਈ ਵੀ ਗਲਤ ਬਿਆਨਬਾਜ਼ੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਹਰਕਤ ਨਹੀਂ ਕਰਨੀ ਹੈਗੀ। ਹਾਂਜੀ, ਤੇ ਬਾਕੀ ਜੋ ਆਉਣ ਵਾਲੇ ਪੰਜਾਬ ਦੇ ਅਪਡੇਟ ਆ ਆਪਾਂ ਫਿਰ ਇਸ ਤੇ ਬਾਰੇ ਵਿਚਾਰ ਕਰਾਂਗੇ, ਤੇ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤਦ ਤੱਕ ਬਣੇ ਰਹੋ ਹਰਜਸ ਟੀਵੀ ਨਾਲ।